ਪੰਜਾਬ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਉਹ ਇੱਕ ਨਵਾਂ ਇਤਿਹਾਸ ਪੰਜਾਬ ਦੇ ਇਤਿਹਾਸ ਬਣੇਗਾ, ਕਿਉਂਕਿ ਪਿਛਲੇ 10 ਸਾਲ ਦਾ ਸਮਾਂ ਜੋ ਪੰਜਾਬੀਆਂ ਨੇ ਵੇਖਿਆ ਉਹਦਾ ਇੱਕ ਕਾਲਾ ਇਤਿਹਾਸ ਲਿਖਿਆ ਜਾਏਗਾ। ਜਿੰਨੀਆਂ ਵਧੀਕੀਆਂ ਲੋਕਾਂ ਨੂੰ ਹੋਈਆਂ ਔਰ ਜਿੰਨੀ ਮਨਮਾਨੀ ਇਸ ਮੌਜੂਦਾ ਅਕਾਲੀ ਬੀਜੇਪੀ ਸਰਕਾਰ ਨੇ ਕੀਤੀ ਔਰ ਜਿਹੜੇ ਪੰਜਾਬ ਦੀ ਨੌਜਵਾਨ ਜਿਹੜੇ ਭਵਿੱਖ ਹੈ ਪੰਜਾਬ ਦਾ ਉਹਨਾਂ ਨੂੰ ਨਸ਼ਿਆਂ 'ਚ ਰੋਲ ਕੇ ਰੱਖਤਾ। ਸਾਡੀ ਕਾਂਗਰਸ ਪਾਰਟੀ ਦੀ ਲੜਾਈ ਸਾਡੇ ਲੀਡਰ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਜੀ ਦੀ ਅਗਵਾਈ 'ਚ ਨਸ਼ਿਆਂ ਦੇ ਖਿਲਾਫ ਹੈ ਔਰ ਜਿੱਦਾਂ ਮਹਾਰਾਜ ਸਾਹਿਬ ਨੇ ਕਿਹਾ ਕਿ ਸਰਕਾਰ ਬਣਨ ਦੇ 4 ਹਫ਼ਤਿਆਂ ਦੇ ਅੰਦਰ ਅੰਦਰ ਪੰਜਾਬ 'ਚੋਂ ਨਸ਼ਾ ਜੜ੍ਹ ਤੋਂ ਖਤਮ ਕਰਤਾ ਜਾਏਗਾ ਤਾਂ ਜੋ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਨੌਜਵਾਨ ਨੂੰ ਬਚਾਇਆ ਜਾ ਸਕੇ ਔਰ ਫਿਰ ਇੱਕ ਹੱਸਦਾ ਖੇਡਦਾ ਪੰਜਾਬ ਦਾ ਨੌਜਵਾਨ ਔਰ ਪੰਜਾਬ ਦੇ ਲੋਕ ਸਾਹਮਣੇ ਆਉਣ, ਖੇਤੀਬਾੜੀ ਖੁਸ਼ਹਾਲ ਹੋਏ ਔਰ ਜਿਹੜਾ ਇੱਥੇ ਪੰਜਾਬ ਦਾ ਉਦਯੋਗ ਇੰਡਸਟਰੀ ਤਕਰੀਬਨ ਬੰਦ ਹੋ ਚੁੱਕੀ ਹੈ, ਚਾਹੇ ਉਹ ਬਟਾਲੇ ਦੇ ਅੰਦਰ ਸੀ ਫਾਉਂਡਰੀ ਇੰਡਸਟਰੀ, ਚਾਹੇ ਹੈਂਡ ਟੂਲ ਇੰਡਸਟਰੀ ਸੀ ਜਲੰਧਰ ਦੇ ਅੰਦਰ, ਚਾਹੇ ਹੌਜ਼ਰੀ ਇੰਡਸਟਰੀ ਸੀ ਲੁਧਿਆਣਾ ਦੇ ਅੰਦਰ, ਚਾਹੇ ਮੰਡੀ ਗੋਬਿੰਦਗੜ੍ਹ ਦੀ ਜਿਹੜੀ ਇੰਡਸਟਰੀ ਸੀ ਉਹ ਤਕਰੀਬਨ ਇੰਡਸਟਰੀ ਅੱਜ ਬੰਦ ਹੋਣ ਦੇ ਕਗਾਰ 'ਤੇ ਹੈ ਔਰ ਉਹਦਾ ਜਿੰਮਾ ਵੀ ਇਸੇ ਅਕਾਲੀ ਬੀਜੇਪੀ ਸਰਕਾਰ 'ਤੇ ਜਾਂਦਾ ਔਰ ਜਿੰਨਾ ਇੱਥੇ ਮਾਈਨਿੰਗ ਦਾ ਸੀ ਕੰਮ ਰੇਤ ਬਜਰੀ 'ਚ ਘੁਟਾਲੇ ਹੋਏ ਔਰ ਕੱਲ੍ਹ ਵੀ ਮੈਂ ਪੜ੍ਹ ਰਿਹਾ ਸੀ ਕਿ ਕਰੀਬ 35 ਕਰੋੜ ਰੁਪਏ ਦਾ ਸਿਰਫ ਰੈਵਨਿਊ ਪੰਜਾਬ ਸਰਕਾਰ ਕੋਲ ਜਾਂਦਾ ਔਰ 600 ਕਰੋੜ ਦਾ ਮਾਲ ਉੱਥੇ ਹਰ ਸਾਲ ਜਿਹੜਾ ਦੂਜੇ ਠੇਕੇਦਾਰਾਂ ਦੇ ਹੱਥਾਂ ਵਿੱਚ ਲੈ ਜਾਂਦਾ ਔਰ ਪੰਜਾਬ ਨੂੰ ਇਸ ਤਰੀਕੇ ਪੰਜਾਬ ਦੇ ਆਵਾਮ ਨੂੰ ਲੁੱਟਿਆ ਜਾ ਰਿਹਾ ਪਿਛਲੇ ਸਮੇਂ ਤੋਂ। ਇਹਨਾਂ ਸਾਰੀਆਂ ਗੱਲਾਂ 'ਤੇ ਰੋਕ ਲਾਈ ਜਾਏਗੀ ਔਰ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਸਰਕਾਰ ਜਿਹੜੀ ਕਿ ਕੈਪਟਨ ਸਾਹਿਬ ਦੀ ਅਗਵਾਈ 'ਚ ਬਣੇਗੀ ਔਰ ਸਾਨੂੰ ਜੋ ਫੀਡਬੈਕ ਮਿਲ ਰਹੀ ਹੈ, ਜੋ ਸਾਨੂੰ ਹੁੰਗਾਰਾ ਮਿਲ ਰਿਹਾ ਲੋਕਾਂ ਦੇ ਅੰਦਰ, ਮੈਨੂੰ ਲੱਗਦਾ ਹੈ ਕਿ 2/3 ਬਹੁਮਤ ਕਾਂਗਰਸ ਪਾਰਟੀ ਨੂੰ ਆਉਣ ਵਾਲੀ ਚੋਣਾਂ 'ਚ ਮਿਲਣ ਜਾ ਰਿਹਾ ਔਰ ਇੱਕ ਨਵਾਂ ਇਤਿਹਾਸ ਪੰਜਾਬ ਦੇ ਅੰਦਰ ਬਣੇਗਾ। ਜਿਸ ਦਿਨ ਦੀ ਇਹ ਸੀਟ ਗੁਰਦਾਸਪੁਰ ਦੀ ਅਨਾਊਂਸ ਹੋਈ ਹੈ ਅਸੀਂ ਸਾਰੇ ਪੁਰਾਣੇ ਮੋਢੀ ਜਿਹੜੇ ਕਾਂਗਰਸ ਦੇ ਲੋਕ ਨੇ, ਚਾਹੇ ਉਹ ਪਿੰਡਾਂ 'ਚ ਨੇ ਚਾਹੇ ਸ਼ਹਿਰ ਦੇ ਅੰਦਰ ਬੈਠੇ ਨੇ, ਉਹ ਇੱਕਜੁੱਟ ਹੋ ਕੇ ਅਸੀਂ ਇਸ ਅਕਾਲੀ ਬੀਜੇਪੀ ਸਰਕਾਰ ਦੇ ਖਿਲਾਫ ਆਪਣੀ ਮੁਹਿੰਮ ਨੂੰ ਡੇ ਬਾਏ ਡੇ ਤੇਜ਼ ਕਰ ਰਹੇ ਹਾਂ ਔਰ ਬਰਿੰਦਰਜੀਤ ਸਿੰਘ ਪਾੜਾ ਜਿਹੜਾ ਇੱਕ ਨੌਜਵਾਨ ਲੀਡਰ ਹੈ, ਨੌਜਵਾਨ ਸਾਡਾ ਛੋਟਾ ਵੀਰ ਹੈ, ਪੜ੍ਹਿਆ ਲਿਖਿਆ ਹੈ, ਇਹਦੇ ਇੱਕ ਸ਼ਮਤਾ ਹੈ ਕੰਮ ਕਰਨ ਦੀ ਔਰ ਇਹ ਚਾਹੁੰਦਾ ਕਿ ਮੈਂ ਨੌਜਵਾਨਾਂ ਲਈ ਕੰਮ ਕਰਾਂ, ਮੈਂ ਇਸ ਇਲਾਕੇ ਦੇ ਬਜ਼ੁਰਗਾਂ ਲਈ ਕੰਮ ਕਰਾਂ ਔਰ ਅੱਜ ਹੀ ਸਵੇਰੇ ਮੈਨੂੰ ਦੱਸ ਰਹੇ ਸੀ ਕਿ ਮੈਂ ਪਿਛਲੇ 2 ਦਿਨ ਬਾਰਡਰ ਦੇ ਕੰਢੇ ਜਿਹੜੇ ਪਿੰਡ ਨੇ ਲੂਣਾ ਵਗੈਰਾ ਉੱਥੇ ਗਿਆ ਔਰ ਇੰਨੇ ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਅੱਜ ਵੀ ਉੱਥੇ ਸੈਂਕੜੇ ਲੋਕ ਝੁੱਗੀਆਂ 'ਚ ਰਹਿ ਰਹੇ ਨੇ, ਕਿਸੇ ਦੇ ਸਿਰ 'ਤੇ ਪੱਕੀ ਕੀ ਕੱਚੀ ਛੱਤ ਵੀ ਹੈ ਨਹੀਂ।
ਲੋਕਾਂ ਨੇ ਤਰਪਾਲਾਂ ਪਾਈ ਦੀਆਂ ਔਰ ਮੈਂ ਸਮਝਦਾ ਕਿ ਇੰਨੇ ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਅਗਰ ਅਸੀਂ ਸਰਕਾਰ ਰੋਟੀ ਕੱਪੜਾ ਔਰ ਮਕਾਨ ਮੁਹੱਈਆ ਕਰਾਉਣ 'ਚ ਜਿਹੜੀ ਸਰਕਾਰ ਫੇਲ ਰਹਿੰਦੀ ਹੈ ਉਹਨੂੰ ਰਾਜ ਪਾਕ 'ਚ ਰਹਿਣ ਦਾ ਕੋਈ ਹੱਕ ਨਹੀਂ, ਕੋਈ ਉਹਨਾਂ ਦਾ ਬੁਨਿਆਦ ਨਹੀਂ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਬੜੇ ਵੱਡੇ ਬਹੁਮਤ ਦੇ ਨਾਲ ਇਹ ਜਿਹੜਾ ਹਲਕਾ ਗੁਰਦਾਸਪੁਰ ਹੈ ਇੱਥੇ ਜਿੱਤ ਹਾਸਲ ਕਰਾਂਗੇ ਔਰ ਉਹ ਸਾਡਾ ਇਲਾਕਾ ਕਿਸੇ ਨਾਲ ਅਸੀਂ ਵਿਤਕਰਾ ਨਹੀਂ ਕਰਾਂਗੇ, ਚਾਹੇ ਸਾਡੇ ਨਾਲ ਕੋਈ ਚੱਲ ਰਿਹਾ ਚਾਹੇ ਨਹੀਂ ਵੀ ਚੱਲ ਰਿਹਾ। ਚੋਪੜਾ ਸਾਹਿਬ, ਅਸੀਂ ਬਿਲਕੁਲ ਤਕੜੇ ਹੋ ਕੇ ਇਸ ਇਲਾਕੇ ਲਈ ਬਿਨਾਂ ਕਿਸੇ ਵਿਰੋਧ ਤੋਂ, ਬਿਨਾਂ ਕਿਸੇ ਇਹੋ ਜਿਹੀ ਗੱਲ ਜੋ ਪਿੱਛੇ ਇੱਥੇ ਚੱਲਦੀ ਰਹੀ ਹੈ ਉਹਨੂੰ ਭੁੱਲ ਕੇ ਸਮੁੱਚੇ ਇਲਾਕੇ ਦੇ ਵਿਕਾਸ ਲਈ ਅਸੀਂ ਕੰਮ ਕਰਾਂਗੇ। ਇਹ ਸਾਡੀ ਜਿਹੜੀ ਹੈ ਕਮਿਟਮੈਂਟ ਹੈ ਇਲਾਕੇ ਦੇ ਲੋਕਾਂ ਦੇ ਨਾਲ।